साडे देश का कोई भी बछिंदा हो नहीं हो सकता कि वह बाबरी मस्जिद बारे ना जानता हो। पर आ जी तो मस्जिद दिखाउण लगे ये असल बाबरी मस्जिद आ जिथे बड़ा अमन अमान आ जिदा कोई रौला नहीं जिदे नाल अपने देश की राजनीति नूं कोई फर्क नहीं पैंदा। पर यह असल बाबरी मस्जिद आ जिन्हों बाबर ने अपने हत्थां नाल बनवाया सी। अज भी इहदी मजबूती ते इहदी सुंदरता जिहड़ी ओह बरकरार आ। तुसीं इहनूं देख के कदे भी नहीं कहोगे कि यह इन्नी पुरानी होगी, पर इहदी खूबसूरती ते बनावट बा कमाल आ। आजो करदे आ दर्शन। सति श्री अकाल जी। अज फिर एक बहुत वड्डी थां ते उत्ते आए होए आ असीं, पानीपत। पानीपत कह लो कि बहुत महान ते वड्डा शहर आ। ਇਹ ਅੱਜ ਤੋਂ ਹੀ ਨਹੀਂ, ਅੱਜ ਤੋਂ 400-500 ਸਾਲ ਪੁਰਾਣਾ ਕਹਿ ਜਿਹੜਾ ਪਾਣੀਪਤ ਸੀ, ਇਹ ਕਹਿੰਦੇ ਪਾਣੀ ਰਿਸ਼ੀ ਦੇ ਨਾਂ ਤੋਂ ਪਿਆ ਸੀ। ਇਹਦੇ ਹੋਰ ਵੀ ਕਈ ਤੱਤ ਹੋ ਸਕਦੇ ਆ, ਪਰ ਪਾਣੀ ਰਿਸ਼ੀ ਦਾ ਮੰਨਿਆ ਜਾਂਦਾ। ਅਤੇ ਪਾਣੀ ਰਿਸ਼ੀ ਉਹ ਬੰਦਾ ਸੀ ਜਿਹਨੇ ਕਹਿ ਲਓ ਕਿ ਦੁਨੀਆ 'ਚ ਪਹਿਲੀ ਵਾਰ ਵਿਆਕਰਨ ਬਣਾਈ ਸੀ, ਠੀਕ ਆ ਨਾ। ਅਤੇ ਅੱਜ ਅਸੀਂ ਹੈਗੇ ਹਾਂ ਇੱਥੇ ਕਾਬਲੀ ਮਸਜਿਦ ਦੇ ਵਿੱਚ। ਇੱਥੇ 3 ਵੱਡੀਆਂ ਲੜਾਈਆਂ ਵੀ ਹੋਈਆਂ ਨੇ, ਪਾਣੀਪਤ ਦੀਆਂ 3 ਵੱਡੀਆਂ ਲੜਾਈਆਂ। ਪਹਿਲੀ ਲੜਾਈ 1526 ਦੇ ਵਿੱਚ, ਦੂਜੀ 1556 ਦੇ ਵਿੱਚ, ਅਤੇ ਤੀਜੀ 1761 ਦੇ ਵਿੱਚ। ਜਿਹੜੀ ਪਹਿਲੀ ਲੜਾਈ ਹੋਈ ਸੀ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ 1526 ਵਾਲੀ, ਇਹਦੇ ਵਿੱਚ ਬਾਬਰ ਜੇਤੂ ਰਿਹਾ ਸੀ। ਅਤੇ ਉਸੇ ਜੰਗ ਨੂੰ ਜਿੱਤਣ ਤੋਂ ਬਾਅਦ ਹੀ ਉਹਨੇ ਆਹ ਮਸਜਿਦ ਬਣਾਈ ਸੀ। ਇਹਨੂੰ ਬਾਬਰੀ ਮਸਜਿਦ ਵੀ ਕਹਿ ਦਿੰਦੇ, ਇਹਨੂੰ ਕਾਬਲੀ ਬਾਗ ਮਸਜਿਦ ਵੀ ਕਹਿ ਦਿੰਦੇ ਆ। ਇਹਦੇ ਅਰਧ ਗਿਰਦ ਕਿਸੇ ਸਮੇਂ ਬਾਗ ਹੁੰਦਾ ਸੀਗਾ। ਅਤੇ ਕਹਿ ਲਓ ਕਿ ਜਿਹੜਾ ਬਾਬਰ ਸੀ ਨਾ, ਉਹਨੂੰ ਨਿੱਜੀ ਤੌਰ 'ਤੇ ਵੀ ਬਾਗ ਬਗੀਚਿਆਂ ਦਾ ਬਹੁਤ ਸ਼ੌਂਕ ਹੁੰਦਾ ਸੀ। ਅਤੇ ਇਸੇ ਕਰਕੇ ਉਹਨੇ ਜੰਗ ਜਿੱਤਣ ਤੋਂ ਬਾਅਦ ਇਹ ਬਣਾਈ। ਅਤੇ ਇੱਕ ਮਸਜਿਦ ਕਹਿੰਦੇ ਉੱਤਰ ਪ੍ਰਦੇਸ਼ ਦੇ ਵਿੱਚ ਬਣਾਈ ਸੀਗੀ, ਠੀਕ ਹੈ ਨਾ। ਇਸ ਕਿਸਮ ਦੀਆਂ ਮਸਜਿਦਾਂ ਸੀ। ਅਤੇ ਇਹਦੇ ਬਾਰੇ ਦੇਖਦੇ ਹਾਂ ਵੀ ਕਿੰਨੀ ਖੂਬਸੂਰਤ ਆ, ਅਤੇ ਇਹਦਾ ਹੋਰ ਵੀ ਬਹੁਤ ਸਾਰਾ ਇਤਿਹਾਸ ਆ ਵਿਸ਼ਾਲ। ਅਤੇ ਆਓ ਕਰਦੇ ਹਾਂ ਗੱਲਬਾਤ। ਮੈਂ ਤਾਂ ਇਸ ਗੱਲ ਤੋਂ ਹੈਰਾਨ ਹਾਂ ਕਿ ਨਾ ਹੀ ਤਾਂ ਉਦੋਂ ਕੋਈ ਮਸ਼ੀਨਰੀ ਸੀ, ਨਾ ਹੀ ਕੋਈ ਕਲਾ ਦਾ ਕੋਈ ਹੋਰ ਸੰਦ ਸੰਦੇੜਾ ਸੀ ਵੀ ਜਿਹਦੇ ਨਾਲ ਵੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਆ ਜਿਹੜੀ ਬਰੀਕ ਕੋਈ ਜਿਹੜੀ ਬਰੀਕ ਪਿੰਨੀ ਨਾਲ ਕੰਮ ਹੋਇਆ ਵੀ ਇਹਨੂੰ ਆਪਾਂ ਕਹਿ ਦਈਏ ਕਿ ਮਸ਼ੀਨੀ ਹੋ ਗਿਆ। ਅਤੇ ਨਾ ਆਪਾਂ ਐਂ ਕਹਿ ਸਕਦੇ ਹਾਂ ਵੀ ਜਿਹੜੇ ਆ ਵੱਡੇ ਵੱਡੇ ਪੱਥਰ ਲੱਗੇ ਆ ਵੀ ਇਹ ਕਰੇਨਾਂ ਨਾਲ ਚੱਕ ਕੇ ਉੱਤੇ ਸਿੱਟਤੇ ਹੋਣਗੇ। ਵੀ ਕਮਾਲ ਦੀ ਗੱਲ ਆ ਵੀ ਉਦੋਂ ਦੇ ਤਾਂ ਮਿਸਤਰੀਆਂ ਨੂੰ ਅਤੇ ਮਜ਼ਦੂਰਾਂ ਨੂੰ ਸਲਾਮ ਕਰਨਾ ਬਣਦਾ ਜਿਨ੍ਹਾਂ ਨੇ ਇਹਨੂੰ ਬਣਾਇਆ। ਵੀ ਜਿਹੜਾ ਬਾਬਰ ਸੀ ਨਾ, ਇਹਦਾ 1483 'ਚ ਜਨਮ ਹੋਇਆ ਸੀ। ਇਹ ਸਮਰਕੰਦ ਦਾ ਰਹਿਣ ਵਾਲਾ ਸੀਗਾ ਅਤੇ ਮੁੱਢ ਤੋਂ ਹੀ ਬਹੁਤ ਬਹਾਦਰ ਸੀ। ਇਹਦਾ ਅਸਲ 'ਚ ਮੁੱਢਲਾ ਨਾਂ ਸੀਗਾ ਜ਼ਹੀਰੋਦੀਨ, ਅਤੇ ਇਹਨੂੰ ਬਾਬਰ ਕਹਿੰਦੇ ਸੀ। ਜਿਹੜੇ ਉਹਦੇ ਆੜੀ ਸੀ ਖੇਡਦੇ ਸਮੇਂ, ਇਹਨੂੰ ਬਾਬਰ ਕਹਿੰਦੇ ਸੀ। ਅਤੇ ਬਾਬਰ ਦਾ ਮਤਲਬ ਹੁੰਦਾ ਵਾ ਸ਼ੇਰ, ਅਤੇ ਸਰੀਰਕ ਤਾਕਤ ਤੋਂ ਵੀ ਬਹੁਤ ਤਕੜਾ ਸੀ। ਕਿਹਾ ਜਾਂਦਾ ਵੀ ਇਹਨੇ ਜਿੰਨੇ ਵੀ ਹਮਲੇ ਕੀਤੇ ਉਹਨਾਂ ਰਾਜ ਪੈਣ ਵਾਲੇ ਦਰਿਆਵਾਂ ਨੂੰ ਸਾਰਿਆਂ ਨੂੰ ਤੈਰ ਕੇ ਪਾਰ ਕੀਤਾ ਸੀ। ਬਹੁਤ ਵੱਡਾ ਤੈਰਾਕ ਵੀ ਸੀਗਾ। ਕਿਹਾ ਜਾਂਦਾ ਵੀ ਗੰਗਾ ਨਦੀ ਨੂੰ ਇਹਨੇ 2 ਵਾਰੀ ਪਾਰ ਕੀਤਾ, ਮਤਲਬ ਇੰਨੀਆਂ ਮਜ਼ਬੂਤ ਬਾਹਾਂ ਸੀ। ਜਿਵੇਂ ਤੁਸੀਂ ਆਹ ਇਮਾਰਤ ਦੇਖ ਰਹੇ ਹੋ ਨਾ, ਇਸੇ ਤਰੀਕੇ ਨਾਲ ਉਹ 2 ਬਾਹਾਂ ਦੇ ਇੱਧਰ ਬਗਲਾਂ ਦੇ ਵਿੱਚ ਲੈ ਕੇ 2 ਬੰਦਿਆਂ ਨੂੰ ਅਤੇ ਕਿਲੇ ਦੀਆਂ ਕੰਧਾਂ 'ਤੇ ਛਾਲਾਂ ਮਾਰਦਾ ਫਿਰਦਾ ਹੁੰਦਾ ਸੀਗਾ। ਸਰੀਰਕ ਤੌਰ 'ਤੇ ਤਕੜਾ ਸੀ। ਇੱਕ ਮੈਂ ਤੁਹਾਨੂੰ ਹੋਰ ਦੱਸਦਾ ਇਹਦੀ ਗੱਲ ਵੀ ਇਹਦੀ ਜਿਹੜੀ ਮਾਂ ਸੀ ਉਹ ਚੰਗੇਜ਼ ਖਾਂ ਦੇ ਪਰਿਵਾਰ 'ਚੋਂ ਸੀ, ਜਿਹੜਾ ਪਿਓ ਸੀ ਉਹ ਤੈਮੂਰ, ਅਮੀਰ ਤੈਮੂਰ ਹੋਇਆ। ਦੋਨੇ ਬਹੁਤ ਵੱਡੇ ਮਹਾਨ ਯੋਧੇ ਹੋਏ ਆ, ਉਹਨਾਂ ਦੇ ਵਿੱਚੋਂ ਸੀਗੇ। ਅਤੇ ਦੋਵੇਂ ਹੀ ਕਹਿ ਲਓ ਕਿ ਖੂਨ ਦੋਨਾਂ ਦੇ ਇੱਕੋ ਯੋਧੇ 'ਚ ਆ ਗਿਆ, ਅਤੇ ਦੋਸਤ ਬਹੁਤ ਬਹਾਦਰ ਬਾਬਰ ਬਣਿਆ, ਅਤੇ ਜਿਹਨੇ ਕਹਿ ਲਓ ਕਿ ਹਿੰਦੁਸਤਾਨ ਦੀ ਸਲਤਨਤ ਨੂੰ ਬਦਲ ਕੇ ਰੱਖਤਾ ਸੀ। ਬਾਬਰ ਦੇ ਵਿੱਚ ਨਾ 2 ਗੁਣ ਬਹੁਤ ਵੱਡੇ ਸੀ। ਇੱਕ ਗੁਣ ਤਾਂ ਇਹ ਵੱਡਾ ਸੀ ਵੀ ਜਦੋਂ ਉਹ ਕਿਤੇ ਲੜਾਈ ਪੜ੍ਹਾਈ 'ਚੋਂ ਹਾਰ ਜਾਂਦਾ ਸੀ ਨਾ, ਤਾਂ ਫਿਰ ਆ ਕੇ ਉਹ ਸਭ ਤੋਂ ਪਹਿਲਾਂ ਸ਼ਰਾਬ ਵਾਲੇ ਭਾਂਡੇ ਭੰਨ ਦਿੰਦਾ ਹੁੰਦਾ ਸੀ। ਇੱਕ ਵਾਰੀ ਉਹਦਾ ਮੁੰਡਾ ਹਮਾਯੂ ਬਾਹਲਾ ਢਿੱਲਾ ਮੱਠਾ ਹੋ ਗਿਆ, ਢਿੱਲਾ। ਉਹਨੇ ਫਿਰ ਉਹਨੂੰ ਪਤਾ ਲੱਗਿਆ ਕਿ ਭਾਈ ਇਹਦੀ ਜਿਹੜਾ ਢਿੱਲ ਮੱਠ ਦਾ ਕਾਰਨ ਸ਼ਰਾਬ ਆ, ਅਤੇ ਉਹਨੇ ਫਿਰ ਸ਼ਰਾਬ ਦੇ ਸਾਰੇ ਭਾਂਡਿਆਂ 'ਚ ਨੂਣ ਨਾਣ ਪਾਤਾ ਸੀ, ਸਾਰੇ ਤੋੜਤੇ ਸੀ। ਮਤਲਬ 13 ਉਹਨੇ ਆਪਦੇ ਰਾਜ ਦਰਬਾਰ 'ਚੋਂ ਹੀ ਸ਼ਰਾਬ ਬੰਦ ਕਰਤੀ ਸੀ ਇੱਕ ਵਾਰ। ਮਤਲਬ ਇੰਨਾ ਉਹ ਬੰਦਾ ਸ਼ਰਾਬ ਨੂੰ ਦੋਸ਼ੀ ਮੰਨਦਾ ਸੀ ਆਪਦੀ ਹਾਰ ਦਾ। ਅਤੇ ਦੂਜਾ ਵੱਡਾ ਗੁਣ ਉਹ 'ਚ ਇਹ ਸੀ ਕਿ ਉਹ ਆਪਦੇ ਕੈਦੀ ਦੀ ਗੱਲ ਵੀ ਸੁਣ ਲੈਂਦਾ ਸੀ। ਗੁਰੂ ਸਾਹਿਬ ਨੂੰ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਉਹਨੇ ਕੈਦ ਕੀਤਾ, ਅਤੇ ਉਸ ਤੋਂ ਬਾਅਦ ਉਹਨੇ ਗੁਰੂ ਸਾਹਿਬ ਦੀਆਂ ਗੱਲਾਂ ਬਾਤਾਂ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਗੁਰੂ ਸਾਹਿਬ ਨੂੰ ਤਾਂ ਛੱਡਣਾ ਹੀ ਛੱਡਣਾ ਸੀ। ਉਹਨੂੰ ਪਤਾ ਲੱਗ ਗਿਆ ਕਿ ਇਹ ਭਾਈ ਪੀਰ ਆ। ਪੀਰ ਨੂੰ ਪਰਖਣ ਲਈ ਵੀ ਅੱਖ ਵੀ ਚਾਹੀਦੀ ਹੁੰਦੀ ਆ, ਉਹ ਅੱਖ ਸੀਗੀ ਉਹਦੇ ਕੋਲ। ਅਤੇ ਨਾਲ ਗੁਰੂ ਸਾਹਿਬ ਦੇ ਕਹਿਣ 'ਤੇ ਉਹਨੇ ਹੋਰ ਕੈਦੀਆਂ ਨੂੰ ਵੀ ਛੱਡਤਾ ਸੀ। ਇਹ ਵੱਡੇ ਗੁਣ ਸੀਗੇ ਬਾਬਰ ਦੇ ਵਿੱਚ।
ਦਰਸ਼ਕੋ ਸੁਣੋ ਮੈਂ ਦੱਸਦਿਆਂ ਵੀ ਜਿਹੜਾ ਬਾਬਰ ਸੀ ਨਾ 1507 ਦੇ ਵਿੱਚ ਬਾਦਸ਼ਾਹ ਬਣਿਆ ਸੀ। ਬਾਦਸ਼ਾਹ ਦਾ ਖਿਤਾਬ ਉਹਨੂੰ 1507 'ਚ ਮਿਲਿਆ ਸੀ। ਕਿਹਾ ਜਾਂਦਾ ਵੀ ਜਦੋਂ ਪਾਣੀਪਤ ਦੇ ਸਥਾਨ ਦੇ ਉੱਤੇ ਇਬਰਾਹਿਮ ਲੋਧੀ ਸੀ ਉਦੋਂ ਬਾਦਸ਼ਾਹ 1526 ਦੇ ਵਿੱਚ ਭਾਰਤ ਦਾ, ਅਤੇ ਉੱਧਰ ਬਾਬਰ ਆਇਆ ਸੀ ਕਾਬਲੋਂ, ਅਤੇ ਦੋਨਾਂ ਦੀ ਟੱਕਰ ਇਸੇ ਥਾਂ ਦੇ ਉੱਤੇ ਹੋਈ ਸੀ। ਅਤੇ ਬਾਬਰ ਕੋਲ ਸਿਰਫ 12,000 ਫੌਜ ਸੀ ਅਤੇ ਉੱਧਰ ਇਬਰਾਹਿਮ ਲੋਧੀ ਕੋਲ 1,00,000 ਫੌਜ ਸੀ, ਜਿਹਦੇ ਵਿੱਚੋਂ  1,000 ਦੇ ਨੇੜ ਤਾਂ ਹਾਥੀ ਸੀ ਉਹਦੇ ਕੋਲ। ਇਹਦੇ ਵਿੱਚ ਇਬਰਾਹਿਮ ਲੋਧੀ ਦੀ ਹਾਰ ਹੋ ਗਈ ਸੀ, ਅਤੇ ਉਹਦੀ ਹਾਰ ਦਾ ਕਾਰਨ ਇਹ ਸੀ ਕਿ ਉਹ ਕਹਿ ਲਓ ਕਿ ਉਹਨੇ ਪਹਿਲੀ ਵਾਰ ਤੋਪਾਂ ਚੱਲਦੀਆਂ ਦੇਖੀਆਂ ਸੀ, ਹਥਿਆਰ ਬਰੂਦ ਪਹਿਲੀ ਵਾਰੀ ਦੇਖਿਆ ਸੀ ਇਬਰਾਹਿਮ ਲੋਧੀ ਨੇ। ਅਤੇ ਬਾਬਰ ਬਹੁਤ ਸ਼ਕਤੀਸ਼ਾਲੀ ਸੀ, ਯੋਜਨਾ ਬਾਧੀ ਦੀ ਚੰਗੀ ਯੋਜਨਾ ਦੇ ਕਰਕੇ ਆਖਰ ਨੂੰ ਬਾਬਰ ਜਿੱਤੂ ਹੋ ਗਿਆ ਸੀਗਾ। ਅਤੇ ਇਸੇ ਕਰਕੇ ਕਹਿੰਦਾ ਵੀ ਜਿਹੜਾ ਇਬਰਾਹਿਮ ਲੋਧੀ ਸੀ ਇਹ ਬਹੁਤ ਜ਼ਾਲਮ ਕਿਸਮ ਦਾ ਰਾਜਾ ਹੋ ਗਿਆ ਸੀ, ਐਸ਼ ਪ੍ਰਸਤੀ 'ਚ ਪੈ ਗਿਆ ਸੀ। ਅਤੇ ਦੂਜਾ ਵੱਡਾ ਕਾਰਨ ਉਹਦੀ ਹਾਰ ਦਾ ਇਹ ਸੀ ਕਿ ਪੰਜਾਬ ਦਾ ਦੌਲਤ ਖਾਂ ਲੋਧੀ ਅਤੇ ਰਾਣਾ ਸਾਂਗਾ ਇਹਨਾਂ ਨੇ ਬਾਬਰ ਨੂੰ ਸੱਦਿਆ ਸੀ ਵੀ ਤੂੰ ਆ ਕੇ ਹਮਲਾ ਕਰ, ਕਿਉਂਕਿ ਇਹਨਾਂ ਦੀ ਇਬਰਾਹਿਮ ਲੋਧੀ ਨਾਲ ਅਣਬਣ ਹੋ ਗਈ ਸੀ, ਜਿਹਦੇ ਕਰਕੇ ਅੰਦਰੋਂ ਭਾਰਤ ਦੇ ਅੰਦਰੋਂ ਵੀ ਸਪੋਰਟ ਮਿਲੀ ਬਾਬਰ ਨੂੰ, ਜਿਸ ਕਰਕੇ ਅੰਤ ਦੇ ਵਿੱਚ ਬਾਬਰ ਜੇਤੂ ਹੋ ਗਿਆ ਸੀ। ਪਿਆਰੇ ਦੋਸਤੋ, ਜਿਹੜੇ ਬਾਬਰ ਦੇ ਸੀਗੇ ਨਾ ਦਾਦੇ ਪੜਦਾਦੇ ਜਿਹੜੇ ਸੀ, ਉਹਨਾਂ ਤੋਂ ਡਰਦਿਆਂ ਨਹੀਂ ਚੀਨ ਵਾਲਿਆਂ ਨੇ ਵੱਡੀ ਕੰਧ ਕੱਢ ਲਈ ਸੀ। ਜਿਹੜੀ ਚੀਨ ਆਪਾਂ ਦੁਨੀਆ ਦੇ ਵੱਡੇ ਅਜੂਬਿਆਂ 'ਚ ਆਉਂਦੀ ਹੈ ਨਾ, ਵੱਡੀ ਕੰਧ ਵਾਲ ਆਫ ਚਾਈਨਾ, ਉਹ ਬਾਬਰ ਦੇ ਖਾਨਦਾਨ ਵਾਲੇ ਤੋਂ ਡਰਦਿਆਂ ਨਹੀਂ ਕਰ ਲਈ ਸੀ ਕੰਧ ਵੱਡੀ, ਕਿਉਂਕਿ ਜਦੋਂ ਜੰਗ ਯੁੱਧ ਹੋਏ ਸੀ ਤਾਂ ਚੀਨ ਦੇ ਅੱਧ ਤੱਕ ਪਹੁੰਚ ਗਏ ਸੀਗੇ, ਅਤੇ ਉਦੋਂ ਬਾਅਦ 'ਚ ਉਹਨਾਂ ਨੇ ਫਿਰ ਕੰਧ ਕਰ ਲਈ ਸੀ। ਬਾਬਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਖਾਸੀਅਤ ਸੀਗੀਆਂ। ਇੱਕ ਮੈਂ ਥੋੜ੍ਹਾ ਤੁਹਾਨੂੰ ਸ਼ਬਦ ਦੱਸਦਿਆਂ ਵੀ ਮੁਗਲ ਅਤੇ ਮਗੋਲ, ਮਗੋਲ ਸ਼ਬਦ ਤੋਂ ਹੀ ਮੁਗਲ ਸ਼ਬਦ ਬਣਿਆ। ਤੁਸੀਂ ਵੇਖ ਰਹੇ ਹੋ ਸਾਹਮਣੇ ਖੂਬਸੂਰਤ ਮਸਜਿਦ, ਇਹ ਕਿਹਾ ਜਾਂਦਾ ਵੀ ਉਹਨਾਂ ਬਾਬਰ ਨੇ ਆਪਦੀ ਘਰਵਾਲੀ ਮੁਸੰਮਦ ਬੇਗਮ ਸੀ ਉਹਨਾਂ ਦੀ ਯਾਦ ਦੇ ਵਿੱਚ ਵੀ ਬਣਾਈ ਹੋ ਸਕਦੀ ਆ। ਅੱਡ ਅੱਡ ਥੋੜ੍ਹੇ ਰਹਿਵਾਂ ਨੇ, ਪਰ ਅਸਲ ਦੇ ਵਿੱਚ ਇਹ ਬਾਬਰੀ ਮਸਜਿਦ ਕਹਿ ਸਕਦੇ ਹਾਂ ਇਹਨੂੰ, ਜਾਂ ਕਾਬਲੀ ਮਸਜਿਦ ਕਹਿ ਸਕਦੇ ਹਾਂ, ਠੀਕ ਆ। ਅਤੇ ਅੱਜ ਬਹੁਤ ਉਵੇਂ ਚੜ੍ਹਦੀ ਕਲਾ ਦੇ ਵਿੱਚ ਖੜ੍ਹੀ ਆ, ਤੁਸੀਂ ਵੇਖ ਰਹੇ ਹੋ ਗੁੰਬਦ ਉਵੇਂ ਖੂਬਸੂਰਤ ਨੇ, ਅਤੇ ਸਾਰਾ ਇਹਦਾ ਕਹਿ ਲਓ ਕਿ ਲਾਲ ਪੱਥਰ ਦੀ ਬਣੀ ਹੋਈ ਆ, ਛੋਟੀਆਂ ਛੋਟੀਆਂ ਇੱਟਾਂ ਲੱਗੀਆਂ ਹੋਈਆਂ ਨੇ, ਚੂਨਾ ਲੱਗਿਆ ਹੋਇਆ ਵਾ, ਗੁੜ ਅਤੇ ਚੂਨੇ ਦੇ ਸਮੇਲ ਨੂੰ ਰੱਖ ਕੇ ਹੀ ਬਣਾਈ ਜਾਂਦੀ ਸੀ ਇਹ ਇਮਾਰਤ। ਕੋਈ ਵੀ ਪੁਰਾਣੀਆਂ ਇਮਾਰਤਾਂ ਦੇਖੋਗੇ ਤੁਸੀਂ, ਦੁਰਾਹੇ ਦੀ ਸਰਾਂ ਵੀ ਦੇਖੀ ਆ, ਗੁੜ ਅਤੇ ਚੂਨਾ ਦੋਨੇ ਮਿਲਾ ਕੇ ਇੱਕ ਪਕੜ ਵਧੀਆ ਬਣ ਜਾਂਦੀ ਸੀ, ਉਹਦੇ ਵਿੱਚ ਇੱਟ ਦੀ ਪਕੜ ਬਹੁਤ ਬਣਦੀ ਸੀ। ਅਤੇ ਉਸੇ ਤਰੀਕੇ ਦੇ ਨਾਲ ਆ, ਅਤੇ ਅੱਜ ਆਪਾਂ ਨੂੰ ਹੋਰ ਬਰੀਕੀ ਦੇ ਨਾਲ ਵੇਖਦੇ ਹਾਂ। ਪਿਆਰੇ ਦਰਸ਼ਕੋ, ਤੁਸੀਂ ਨਾ ਬਾਬਰਵਾਦੀ ਇੱਕ ਤੁਜ ਕੇ ਬਾਬਰੀ ਉਹਨੇ ਸਵੈ ਜੀਵਨੀ ਵੀ ਲਿਖੀ ਆ, ਉਹਦੇ ਵਿੱਚ ਵੀ ਉਹਨੇ ਬਹਾਦਰੀ ਦਾ ਜ਼ਿਕਰ ਕੀਤਾ ਵਾ, ਉਹਦੇ ਜਾਣੀ ਕੀ ਖਾਸੀਅਤ ਸੀ, ਉਹਨੇ ਜੋ ਤਜਰਬੇ ਸੀ ਉਹਦੇ ਸਾਰੇ ਉਹਨੇ ਉਹਦੇ ਵਿੱਚ ਵੀ ਲਿਖੇ ਆ। ਅਤੇ ਬਾਬਰ ਕਲਾ ਪੱਖ ਤੋਂ ਬਹੁਤ ਬਲਵਾਨ ਸੀ ਅਤੇ ਵਿਦਵਾਨ ਵੀ ਸੀ, ਜਿਵੇਂ ਤੁਸੀਂ ਇੱਥੋਂ ਮਸਜਿਦ ਦੇਖ ਰਹੇ ਹੋ ਸਾਹਮਣੇ, ਉਹਦੇ ਗੁੰਬਦ ਉਹਦੀ ਕਲਾ ਪੱਖ ਸਾਰਾ ਝਲਕਦਾ ਵੀ ਉਹ ਕਿੱਡਾ ਕੁ ਵੱਡਾ ਵਿਦਵਾਨ ਸੀ। ਇਹਦਾ ਜਿਹੜਾ ਏਰੀਆ ਚਾਰੇ ਪਾਸੇ ਕਿਸੇ ਸਮੇਂ ਬਾਗ ਹੁੰਦਾ ਸੀਗਾ, ਖੂਬਸੂਰਤ ਅੱਗੇ ਸਰੋਪ ਬਣਿਆ ਹੋਇਆ, ਕਿ ਕਹਿੰਦੇ ਕਿ ਹੱਥ ਮੂੰਹ ਧੋਣ ਦੇ ਵਾਸਤੇ ਵੀ ਜਗ੍ਹਾ ਛੱਡੀ ਹੋਈ ਆ। ਇਹਦੀਆਂ ਤੁਸੀਂ ਜਿਹੜਾ ਰਾਜਸਥਾਨ ਦੇ ਵਿੱਚੋਂ ਅੱਗੇ ਹੁੰਦੇ ਸੀ ਲਾਲ ਪੱਥਰ, ਉੱਥੋਂ ਲਿਆ ਕੇ ਇਹਦੇ ਗੇਟ ਬਣਾਏ ਗਏ, ਗੇਟ ਵੀ ਇਹਦਾ ਬਹੁਤ ਖੂਬਸੂਰਤ ਆ। ਅੱਜ ਤੁਹਾਨੂੰ ਮੈਂ ਗੇਟ ਦਿਖਾਉਣਾ ਪਹਿਲਾਂ। ਪਿਆਰੇ ਦਰਸ਼ਕੋ, ਦੇਖੋ ਤੁਸੀਂ ਨਾ ਜਿਹੜਾ ਆਹ ਗੇਟ ਹੈ, ਮੇਨ ਗੇਟ ਹੈ ਇਸ ਵਕਤ, ਇਹਦੇ ਹੋਰ ਵੀ ਦੋ ਗੇਟ ਹੁੰਦੇ ਸੀ ਪਰ ਇਸ ਵਕਤ ਇਹੀ ਮੇਨ ਗੇਟ ਆ, ਅਤੇ ਲਾਲ ਪੱਥਰ ਦਾ ਬਣਿਆ ਹੋਇਆ। ਆ ਜੋ ਨੇੜੇ ਕਰਕੇ ਦਿਖਾਵਾਂ ਤੁਹਾਨੂੰ ਮੈਂ, ਵੀ ਇਹਦੇ ਦੋ ਫੁੱਲ ਬਣੇ ਹੋਏ ਆ ਉੱਤੇ, ਉਹ ਗੁਲਾਬ ਦੀਆਂ ਪੱਤੀਆਂ ਜਿਵੇਂ ਹੁੰਦੀਆਂ ਵਾ ਉਸ ਤਰੀਕੇ ਦੇ ਨਾਲ ਬਣੇ ਹੋਏ ਆ, ਅਤੇ ਗੇਟ ਦੇ ਵਿੱਚ ਵੀ ਪੁਰਾਤਨ ਦਾ ਝਲਕਦੀ ਆ, ਮਤਲਬ ਪੁਰਾਣਾ ਉਹਨਾਂ ਵੇਲਿਆਂ ਦਾ ਹੀ ਲੱਗਿਆ ਹੋਇਆ ਇੱਥੇ ਗੇਟ, ਅਤੇ ਹਜੇ ਉਸੇ ਤਰੀਕੇ ਨਾਲ ਹੀ ਖੂਬਸੂਰਤ ਆ। ਜਿਹੜੀ ਅੰਦਰੋਂ ਮਸਜਿਦ ਆ ਨਾ, ਅਸ਼ਟ ਭੁਜਾਵਾਂ ਹੁੰਦੀਆਂ ਜਿਵੇਂ 8 ਐਂਗਲ ਬਣਦੇ ਆ ਉਹਦੇ, ਮਤਲਬ ਅੱਡ ਅੱਡ ਐਂਗਲ ਲੱਗੇ ਤਾਂ 8 ਐਂਗਲ ਬਣਦੇ ਆ, ਅਤੇ ਕੁਝ ਦੀ ਇਮਾਰਤ ਉਹ ਚੰਦਰਮੁਖੀ, ਮਤਲਬ ਅਰਧ ਚੰਦ ਦੀ ਤਰ੍ਹਾਂ ਉਹ ਨਮੂਨੇ ਆ ਇਹਦੇ ਵਿੱਚ ਖਾਸ, ਕਿਉਂਕਿ ਜਿਹੜੀ ਇਸ ਮਸਜਿਦ ਦੀ ਕਲਾ ਨਾ, ਜੋ ਈਰਾਨ ਦੇ ਵਿੱਚ ਜਾਂ ਉਸ ਇਲਾਕਿਆਂ ਦੇ ਵਿੱਚ ਪਾਈ ਜਾਂਦੀ ਜਿੱਥੇ ਮੁਸਲਿਮ ਆਬਾਦੀ ਜ਼ਿਆਦਾ ਹੁੰਦੀ ਆ, ਅਰਬ ਈਰਾਨ, ਉਸ ਕਲਾ ਦੇ ਨਾਲ ਜਾਂ ਕਹਿ ਸਕਦੇ ਵੀ ਜਿੱਥੇ ਬਾਬਰ ਰਹਿੰਦਾ ਸੀ ਉਸ ਕਲਾ ਦੇ ਨਾਲ ਬਿਲਕੁਲ ਮਿਲਦੀ ਜੁਲਦੀ ਆ, ਮੱਧ ਏਸ਼ੀਆ ਦੀ ਕਲਾ ਕਹਿ ਸਕਦੇ ਹਾਂ, ਮੱਧ ਏਸ਼ੀਆ ਦੀ ਕਲਾ ਦਾ ਪ੍ਰਤੱਖ ਪ੍ਰਮਾਣ ਇੱਥੇ ਆ। ਜਿਸ ਕਿਸਮ ਦੀਆਂ ਇਹ ਮਸਜਿਦਾਂ ਮੱਧ ਏਸ਼ੀਆ ਦੇ ਵਿੱਚ ਹੁੰਦੀਆਂ ਨੇ, ਉਸ ਕਿਸਮ ਦੀ ਇਹ ਆ, ਇਹਨੂੰ ਬਾਬਰੀ ਮਸਜਿਦ ਵੀ ਕਹਿ ਸਕਦੇ ਹਾਂ, ਮਤਲਬ ਇਹ ਅਸਲੀ ਬਾਬਰੀ ਮਸਜਿਦ ਕਹਿ ਸਕਦੇ ਹਾਂ। ਹਾਂ, ਇੱਕ ਗੱਲ ਮੈਂ ਪਿਆਰੇ ਦੋਸਤਾਂ ਨੂੰ ਕਹਿ ਦਿੰਦਾ ਚੱਲਦੀ ਚੱਲਦੀ ਵੀਡੀਓ 'ਚ, ਵੀ ਬਾਈ ਫਲਮਾਈ ਬਹੁਤ ਔਖੀ, ਇੱਥੇ ਸ਼ੋਰ ਸ਼ਰਾਬਾ ਬਹੁਤ ਜ਼ਿਆਦਾ ਸੀਗਾ, ਪਰ ਫਿਰ ਵੀ ਮੈਂ ਪੁਰਾਤਤਵ ਵਿਭਾਗ ਦਾ ਧੰਨਵਾਦੀ ਹਾਂ ਕਿ ਉਹਨੇ ਇਹਨੂੰ ਬਹੁਤ ਪਿਆਰ ਨਾਲ ਸੰਭਾਲ ਕੇ ਰੱਖਿਆ ਹੋਇਆ। ਪਰ ਹਾਂ, ਉੱਥੋਂ ਦੇ ਲੋਕਲ ਲੋਕਾਂ ਦਾ ਆਪਦੇ ਜਵਾਕ ਜੱਲੇ 'ਤੇ ਕੰਟਰੋਲ ਹੈ ਨਹੀਂ, ਕੋਈ ਇਹਦੇ ਗੁੰਮਸ 'ਤੇ ਚੜ੍ਹਿਆ ਫਿਰਦਾ ਸੀ, ਕੋਈ ਇਹਦੇ ਵਿੱਚ ਖੇਡਦਾ ਫਿਰਦਾ,
ਵੀ ਮਤਲਬ ਥੋੜ੍ਹਾ ਜਿਹਾ ਆਲੇ ਦੁਆਲੇ ਦੇ ਲੋਕਾਂ ਦੀ ਜਿਹੜੀ ਬਚਾਅ ਦੀ ਘਾਟ ਆ ਊਂ ਵੈਸੇ ਮਸਜਿਦ ਦੀ ਬਣਾਵਟ ਦੇ ਵਿੱਚ ਕਲਾ ਦੇ ਵਿੱਚ ਜਾਂ ਸਰਕਾਰ ਵੱਲੋਂ ਸਾਂਭ ਸੰਭਾਲ ਦੇ ਵਿੱਚ ਕੋਈ ਘਾਟ ਨਹੀਂ ਗੀ। ਜਿਹੜੀ ਘਾਟ ਲੱਗੀ ਉਹ ਇਹ ਲੱਗੀ ਵੀ ਆਲੇ ਦੁਆਲੇ ਦੇ ਲੋਕ ਇਹਦੀ ਪੁਰਾਤਨਤਾ ਦੀ ਅਤੇ ਇਹਦੀ ਪਵਿੱਤਰਤਾ ਦੀ ਕਦਰ ਨਹੀਂ ਕਰਦੇ। ਦਰਸ਼ਕੋ, ਕਿਸੇ ਸਮੇਂ ਨਾ ਇੱਥੇ ਨਮਾਜ਼ ਅਦਾ ਹੁੰਦੀ ਸੀ, ਹੈ ਨਾ, ਪੰਜੇ ਵਕਤ ਦੀ ਨਮਾਜ਼ ਹੁੰਦੀ ਸੀ, ਹੁਣ ਇਸ ਵਕਤ ਸੁਨਸਾਨ ਆ ਅਤੇ ਜਿੰਦਾ ਲੱਗਿਆ ਹੋਇਆ ਵਾ। ਤੁਸੀਂ ਵੇਖੋਗੇ ਇਹਦੀਆਂ 8 ਭੁਜਾਵਾਂ ਬਣਦੀਆਂ ਨੇ ਅੰਦਰੋਂ ਮਸਜਿਦ, ਅਤੇ ਸਾਹਮਣੇ ਲਿਖਿਆ ਵੀ ਹੋਇਆ ਵਾ, ਅਰਬੀ ਦੇ ਵਿੱਚ ਲਿਖਿਆ ਜਾਂ ਫਾਰਸੀ ਵਿੱਚ, ਕਿਉਂਕਿ ਆਪਣੀ ਸਮਝ ਤੋਂ ਪਰੇ ਆ ਭਾਸ਼ਾ, ਉੱਥੇ ਲਿਖਿਆ ਵੀ ਹੋਇਆ ਵਾ, ਕੁਛ ਨਾ ਕੁਛ ਹਦਾਇਤਾਂ ਲਿਖੀਆਂ ਹੋਣਗੀਆਂ ਜਾਂ ਕੁਛ ਆਇਤ ਲਿਖੀ ਹੋ ਸਕਦਾ, ਆਇਤ ਲਿਖੀ ਹੋਵੇ ਜਿਵੇਂ ਆਪਣੀਆਂ ਸਿੱਖ ਧਰਮ ਦੇ ਵਿੱਚ ਪੌੜੀਆਂ ਹੁੰਦੀਆਂ ਵਾ, ਉਸੇ ਤਰੀਕੇ ਨਾਲ ਸਾਹਮਣੇ ਆਇਤ ਲਿਖੀ ਹੋਈ ਆ। ਅਤੇ ਆਹ ਦੇਖੋ ਵੀ ਉੱਧਰ ਆਓ ਮੜਾ, ਦੇਖੋ ਵੀ ਮੋਟਾ ਮੋਟਾ ਚੂਨਾ ਚਾੜਿਆ ਹੋਇਆ ਵਾ, ਉਹਦੇ ਹਜੇ ਜਮ੍ਹਾਂ ਹੀ ਨੁਕਸਾਨ ਨਹੀਂ ਹੋਇਆ, ਮਤਲਬ ਹਜੇ ਤੱਕ ਵੀ ਸਲਾਮਤ ਖੜ੍ਹੀ ਆ। ਲਾ ਲਓ ਹਿਸਾਬ ਵੀ 1526 ਦੇ ਵਿੱਚ ਲੜਾਈ ਹੋਈ ਆ, 1728 ਦੇ ਵਿੱਚ ਕਿਹਾ ਜਾਂਦਾ ਵੀ ਬਣਾਈ ਸੀ ਇਹ, ਤਕਰੀਬਨ 400-500 ਸਾਲ ਹੋ ਗਿਆ ਹੈ, ਅਤੇ ਹਜੇ ਵੀ ਓਨੀ ਹੀ ਪਵਿੱਤਰ ਆ, ਕਿਉਂਕਿ ਰੱਬ ਦੇ ਘਰ ਕਦੇ ਉਜਾੜ ਨਹੀਂ ਹੁੰਦੇ, ਹੈ ਨਾ। ਠੀਕ ਆ ਕਿ ਪ੍ਰਾਪਤਨ ਵਿਭਾਗ ਨੇ ਸਾਂਭੀ ਆ, ਬਹੁਤ ਚੰਗੀ ਗੱਲ ਆ, ਬਹੁਤ ਵਧੀਆ ਗੱਲ ਆ, ਪਰ ਹਜੇ ਵੀ ਖੂਬਸੂਰਤ ਆ, ਇਹਦੇ ਅੰਦਰਲੇ ਪਾਸੇ ਉਵੇਂ ਹੀ ਫੁੱਲ ਬੂਟੇ ਆ ਜਿਵੇਂ ਮੱਧ ਏਸ਼ੀਆ ਦੇ ਵਿੱਚ ਕਲਾ ਸੀ ਜਿਹੜੀ ਉਹ ਭਾਰਤ ਦੇ ਵਿੱਚ ਆਈ, ਤਾਂ ਉਹੀ ਕਲਾ ਬਹੁਤ ਸਾਰੀਆਂ ਥਾਵਾਂ 'ਤੇ ਅੱਜ ਆਪਾਂ ਨੂੰ ਵੇਖਣ ਨੂੰ ਮਿਲਦੀ ਹੈ। ਕਾਬਲੀ ਮਸਜਿਦ ਕਹਿ ਸਕਦੇ ਹਾਂ, ਕਿਵੇਂ ਦੀ ਲੱਗੀ ਸਾਡੀ ਇਹ ਜਾਣਕਾਰੀ ਸਾਨੂੰ ਕਮੈਂਟ ਕਰਕੇ ਦੱਸਿਓ, ਅਸੀਂ ਹੋਰ ਵੀ ਬਹੁਤ ਥਾਵਾਂ ਤੋਂ ਇਹੋ ਜਿਹੀਆਂ ਇਤਿਹਾਸਿਕ ਥਾਵਾਂ ਨੂੰ ਲੱਭ ਕੇ ਤੁਹਾਡੇ ਰੂਬਰੂ ਲੈ ਕੇ ਆਵਾਂਗੇ। ਇਹ ਸੀ ਪਵਿੱਤਰ ਬਾਬਰੀ ਮਸਜਿਦ ਜਿਹੜੀ ਕਿ ਇਸ ਵਕਤ ਪਾਣੀਪਤ ਦੇ ਵਿੱਚ ਆ, ਅਤੇ ਬਹੁਤ ਇਤਿਹਾਸਿਕ ਸ਼ਹਿਰ ਆ ਇਹ। ਠੀਕ ਆ ਨਾ, ਅਤੇ ਅਗਲੀ ਵਾਰੀ ਫਿਰ ਕੋਈ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।